ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦਾ ਸੁਨਹਿਰਾ ਇਤਿਹਾਸ, ਜਿਸ ਇਤਿਹਾਸ 'ਤੇ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਆ, ਭਾਵੇਂ ਸ਼੍ਰੀ ਨਨਕਾਣਾ ਸਾਹਿਬ ਦਾ ਸਾਕਾ ਉਹ ਗੌਰਵਮਈ ਵੀ ਆ ਅਤੇ ਸਿੱਖ ਪੰਥ ਲਈ ਪ੍ਰੇਰਨਾ ਵੀ ਆ। ਇਸੇ ਤਰ੍ਹਾਂ ਪੰਜਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ, ਇਤਿਹਾਸਕ ਬਹੁਤ ਸਾਰੀਆਂ ਖਾਲਸੇ ਪੰਥ ਨੇ ਪਿਛਲੇ ਦਿਨਾਂ ਵਿੱਚ ਆਪਣੀਆਂ ਸ਼ਤਾਬਦੀਆਂ ਮਨਾਈਆਂ। ਪਰ ਗੁਰੂ ਕੇ ਬਾਗ ਦੇ ਮੋਰਚੇ ਤੋਂ ਬਾਅਦ ਇਹ ਜਿਹੜਾ ਜੈਤੋਂ ਦਾ ਮੋਰਚਾ, ਇਹ ਬਹੁਤ ਇੱਕ ਅਹਿਮ ਆ, ਕਿਉਂਕਿ ਮਹਾਰਾਜਾ ਰਿਪੂ ਦਮਨ ਸਿੰਘ ਜਿਨ੍ਹਾਂ ਨੇ ਉਸ ਵੇਲੇ, ਭਾਵੇਂ ਮਹਾਰਾਜਾ ਉਹ ਬਣ ਗਏ ਸੀਗੇ, ਇੱਕ ਰਸਮਾਂ ਹੁੰਦੀਆਂ ਸੀ, ਉਹ ਰਸਮਾਂ ਗੁਰਮਤ ਅਨੁਕੂਲ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ, ਉਹਨੇ ਕਿਹਾ ਵੀ ਉਹਨਾਂ ਦੀ ਸਤਰ ਛਾਇਆ ਹੇਠ ਇਹ ਜਿਹੜਾ ਮੈਂ ਰਾਜ ਤਿਲਕ ਲਊਂਗਾ। ਪਰ ਉਸ ਵੇਲੇ ਦੀਆਂ ਸਰਕਾਰਾਂ ਰਾਜ ਤਿਲਕ ਦੇਣ ਲੱਗੇ ਮਹਾਰਾਜਿਆਂ ਨੂੰ, ਆਪਣੀਆਂ ਗੋਰਿਆਂ ਦੀਆਂ ਰਵਾਇਤਾਂ ਅਨੁਸਾਰ ਉਹ ਧਾਰਨ ਕਰਵਾਉਂਦੇ ਸੀ, ਜਿਸ ਤੋਂ ਲਾ ਕੇ ਮਹਾਰਾਜਾ ਸਾਹਿਬ ਨੂੰ ਫਿਰ 1923 ਦੇ ਵਿੱਚ ਜਲਾਵਤਨ ਕਰ ਦਿੱਤਾ ਗਿਆ। ਅਤੇ ਮੈਨੂੰ ਅੱਜ ਹੀ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹਦੇ ਨਾਲ 101 ਹੋਰ ਜਿਹੜਾ ਉਹ ਸਿੱਖ ਸੀਗੇ ਨਾਲ ਲੱਗਦੇ, ਉਹਨਾਂ ਨੂੰ ਵੀ ਜਲਾਵਤਨ ਕੀਤਾ ਗਿਆ। ਖਾਲਸਾ ਪੰਥ ਨੇ ਇਸ ਰੋਸ ਦੇ ਵਿੱਚ, ਕਿਉਂਕਿ ਮਹਾਰਾਜਾ ਉਹ ਸੀ ਜਿਸ ਮਹਾਰਾਜੇ ਨੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੇ ਸਾਕਾ ਵੇਲੇ ਵੀ ਉਹਨਾਂ ਨੇ ਕਾਲੀਆਂ ਦਸਤਾਰਾਂ ਆਪ ਵੀ ਬੰਨੀਆਂ ਅਤੇ ਲੋਕਾਂ ਨੂੰ ਬੰਨਣ ਦੀ ਵੀ ਪ੍ਰੇਰਨਾ ਕੀਤੀ। ਅਤੇ ਉਸੇ ਤਹਿਤ ਫਿਰ ਖਾਲਸੇ ਪੰਥ ਨੇ, ਇਹ ਇੱਕ ਰਵਾਇਤ ਰਹੀ ਖਾਲਸੇ ਪੰਥ ਦੀ ਕਿ ਜਿਹੜਾ ਵੀ ਪਿਆਰ ਨਾਲ ਗਲਵੱਕੜੀ ਨਾਲ ਸ਼ਰਨ ਵਿੱਚ ਆਉਂਦਾ ਉਹਨੂੰ ਇਹ ਸ਼ਰਨ 'ਚ ਲੈ ਲੈਂਦੇ, ਅਤੇ ਕਈ ਵਾਰੀ ਜਿਹੜੇ ਦੁਖੀ ਆ ਉਹਨਾਂ ਨੂੰ ਭਜਾ ਵੀ ਦਿੰਦੇ ਆ। ਸੋ ਇਹ ਸ਼ੁਰੂਆਤ ਕੀਤੀ ਗਈ ਇੱਥੋਂ ਗਾਂਗਸਰ ਜੈਤੋਂ ਵਿਖੇ, ਖੰਡ ਪਾਠ ਸਾਹਿਬਾਂ ਦੀ ਪ੍ਰੰਪਤਾ ਕੀਤੀ ਗਈ। ਪਰ ਉਸ ਵੇਲੇ ਦੀ ਸਰਕਾਰ ਨੇ ਜਿਹੜੀ ਅੰਨੀ ਹੋਈ ਸੀ ਜਨੂੰਨ ਦੇ ਵਿੱਚ, ਉਹਨਾਂ ਨੇ ਖੰਡ ਪਾਠ ਸਾਹਿਬ ਖੰਡਿਤ ਕਰ ਦਿੱਤੇ ਅਤੇ ਖਾਲਸਾ ਪੰਥ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਥੋਂ ਪ੍ਰੇਰਨਾ ਲੈ ਕੇ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਅਕਸ਼ਰ ਸਿੰਘ ਜੀ ਔਰ ਸਰਦਾਰ ਪ੍ਰਤਾਪ ਸਿੰਘ ਜੀ, ਸਾਡੇ ਜਿਹੜੇ ਊਧਮ ਸਿੰਘ ਜੀ, ਉਹਨਾਂ ਨੇ ਪ੍ਰੇਰਨਾ ਕਰਕੇ ਨਾਗੋਕੇ ਸਾਹਿਬ ਨੇ ਇਹ ਸ਼ੁਰੂ ਕੀਤਾ। ਪਰ ਨਾਗੋਕੇ ਸਾਹਿਬ ਨੂੰ ਕਿਉਂਕਿ ਗ੍ਰਿਫਤਾਰ ਕੀਤਾ ਅਤੇ ਪਰਪਾਲ ਸਾਹਿਬ ਉਹਨਾਂ ਦੀ ਜਗ੍ਹਾ 'ਤੇ ਆਏ, ਊਧਮ ਸਿੰਘ, ਭਾਈ ਊਧਮ ਸਿੰਘ ਪਰਪਾਲ, ਔਰ ਇੱਕ ਪਹਿਲਾ ਜਿਹੜਾ ਜਥਾ ਸੀ ਆਹ ਪ੍ਰਦਰਸ਼ਨੀ, ਅੱਜ ਤੁਹਾਡੇ ਤੁਸੀਂ ਰੂਬਰੂ ਵੀ ਹੋਏ ਆ ਸਾਰੇ, ਉਹ ਪ੍ਰਦਰਸ਼ਨੀ ਇਹ ਦਰਸਾਉਂਦੀ ਆ ਕਿ ਪਹਿਲੇ ਜਥੇ ਦੇ ਵਿੱਚੋਂ ਲਗਭਗ 80 ਸਿੰਘ ਸ਼ਹੀਦ ਹੋਏ, ਕੁਛ ਸ਼ਹੀਦ ਇਹਨਾਂ ਨੇ ਜਲ ਪ੍ਰਵਾਹ ਕਰ ਦਿੱਤੇ, ਪਤਾ ਨਹੀਂ ਲੱਗਣ ਦਿੱਤਾ। ਸੋ ਉਹ ਤੋਂ ਫਿਰ ਹੌਲੀ ਹੌਲੀ ਰੋਜ਼ 500 ਦਾ ਜਥਾ ਆਉਂਦਾ ਸੀ, ਉਹ 500 ਦਾ ਜਥਾ ਆ ਕੇ ਇੱਥੇ ਗ੍ਰਿਫਤਾਰੀਆਂ ਦਿੰਦਾ ਸੀ, ਤਸ਼ੱਦਦ ਵੀ ਸਹਿੰਦੇ ਸੀ, ਜਿਨ੍ਹਾਂ ਨੂੰ ਨਾਭੇ ਅਤੇ ਹੋਰ ਇਤਿਹਾਸਕ ਜਿਹੜੀਆਂ ਜੇਲ੍ਹਾਂ ਉਹਨਾਂ ਦੇ ਵਿੱਚ ਬੰਦ ਕੀਤਾ ਜਾਂਦਾ ਸੀ। ਇਹਨਾਂ ਦੀਆਂ ਜੇਲ੍ਹਾਂ ਜਿਹੜੀਆਂ ਉਹ ਭਰ ਗਈਆਂ, ਪਰ ਖਾਲਸੇ ਦਾ ਉਤਸ਼ਾਹ ਨਹੀਂ ਭਰਿਆ। ਖਾਲਸਾ ਮੋਹਰੇ ਹੋ ਕੇ ਇਹਨਾਂ ਕਾਰਜਾਂ ਦੇ ਵਿੱਚ, ਅੱਜ ਦਾ ਦੌੜ ਸਾਡੀ ਕਈ ਵਾਰੀ ਅਹੁਦੇ ਲੈਣ ਲਈ ਆ, ਪਰ ਇਹਨਾਂ ਦੀ ਦੌੜ ਸੀ ਗ੍ਰਿਫਤਾਰੀ ਦੇਣ ਲਈ ਅਤੇ ਸ਼ਹੀਦੀ ਪਾਉਣ ਲਈ। ਫਿਰ ਵਿਲੱਖਣ ਇਹਦਾ ਪੱਖ ਇਹ ਵੀ ਰਿਹਾ ਕਿ ਜਿਹੜੇ ਆ ਜਾਂਦੇ ਸੀ ਉਹ ਵਸੀਅਤ ਕਰ ਦਿੰਦੇ ਸੀ ਵੀ ਜੇ ਤਾਂ ਜਿਉਂਦੇ ਆ ਗਏ ਤਾਂ ਖਾਲਸਾ ਪੰਥ ਦੀ ਵਿਰਾਸਤ ਫਿਰ ਖਾਲਸੇ ਕੋਲ ਰਹਿ ਜਾਊ,
ਤੇ ਜੇ ਸ਼ਹੀਦ ਹੋ ਗਿਆ ਤੇ ਖਾਲਸਾ ਪੰਥ ਉਹਦਾ ਵਾਰਸ ਬਣ ਜਾਊਗਾ। ਸੋ ਇਹੋ ਜਿਹਾ ਮਾਦਾ ਸੀ ਉਹਨਾਂ ਦੇ ਵਿੱਚ। ਸੋ ਇਹ 100 ਸਾਲਾ ਸ਼ਤਾਬਦੀ ਜਿਹੜੀ ਸ਼ੁਰੂ ਕੀਤੀ ਆ 19, 20 ਤੇ 21 ਤਿੰਨ ਦਿਨ ਲਗਾਤਾਰ, ਅੱਜ ਪਹਿਲਾ ਦਿਨ ਇਹਦੀ ਸ਼ੁਰੂਆਤ ਸੀਗੀ। ਅੱਜ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੋਂ ਟਿੱਬੀ ਸਾਹਿਬ ਤੋਂ ਸ਼ੁਰੂ ਕੀਤਾ, ਜਿਹੜਾ ਸਾਰੀ ਪਰਿਕਰਮਾ ਕਰਕੇ ਸ਼ਾਮ ਨੂੰ ਉਹਦੀ ਸਮਾਪਤੀ ਹੋਣੀ ਆ। ਆਹ ਜਿਹੜੀ ਪ੍ਰਦਰਸ਼ਨੀ ਆ ਇਹ ਇੱਕ ਪ੍ਰੇਰਨਾ ਵੀ ਆ। ਅਤੇ ਮੈਂ ਹੁਣ ਬਰੀਕੀ ਨਾਲ ਦੇਖਦਾ ਸੀ ਵੀ ਕਿਵੇਂ ਦੇ ਸਿਮਰਨ ਦੇ ਵਿੱਚ ਗਰਸੀਆਂ ਹੋਈਆਂ ਰੂਹਾਂ ਸੀਗੀਆਂ ਜਿਨ੍ਹਾਂ ਨੇ ਮੌਤ ਨੂੰ ਆਪਣੇ ਵੱਲ ਨੂੰ ਖਿੱਚਿਆ। ਨਹੀਂ ਤਾਂ ਮੌਤ ਤੋਂ ਲੋਕ ਡਰਦੇ ਆ ਪਰ ਉਹ ਮੌਤ ਦੇ ਵਿੱਚ ਵੱਜਦੇ ਰਹੇ ਜਾ ਕੇ। ਸੋ ਇਹੋ ਹੀ ਖਾਲਸੇ ਦਾ ਵੱਖਰਾ ਅਤੇ ਨਿਆਰਾ ਪਾਉਂਦੇ ਹਾਂ। ਜਿਸ ਹੋਂਦ ਨੂੰ ਅੱਜ ਵੀ ਵੰਗਾਰਿਆ ਜਾ ਰਿਹਾ ਪਰ ਖਾਲਸਾ ਪੰਥ ਅੱਜ ਵੀ ਪੁਰਾਤਨ ਰਵਾਇਤਾਂ ਅਨੁਸਾਰ ਚਾਹੇ ਮੌਤ ਹੋਵੇ ਮੋਹਰੇ ਚਾਹੇ ਗ੍ਰਿਫਤਾਰੀਆਂ ਹੋਣ ਹਮੇਸ਼ਾ ਉਹਨਾਂ ਪਰੰਪਰਾਵਾਂ 'ਤੇ ਖੜ੍ਹਾ ਰਿਹਾ। ਉਹ ਅੱਜ ਇਸ ਕਰਕੇ ਇਹ ਪ੍ਰਦਰਸ਼ਨੀ ਵੀ ਅਤੇ ਨਗਰ ਕੀਰਤਨ ਵੀ, ਕੱਲ੍ਹ ਨੂੰ 20 ਤਰੀਕ ਨੂੰ ਵੱਡੇ ਸਮਾਗਮ ਹੋਣੇ ਆ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਜਿਹੜੇ ਆ ਜਿਹੜੇ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਦੇ ਆ ਉਹ ਆਪਣੀ ਮਹਾਰਤ ਜਿਹੜਾ ਆ ਪ੍ਰਦਰਸ਼ਨ ਕਰਨਗੇ। ਉਹਨਾਂ ਦੇ ਨਾਲ ਫਿਰ ਸਾਡੀ ਖਾਲਸੇ ਪੰਥ ਦੀ ਵਿਰਾਸਤ ਜਿਹਨੂੰ ਆਪਾਂ ਗੱਤਕਾ ਕਹਿੰਦੇ ਉਹ ਗੱਤਕੇ ਦੇ ਜੌਹਰ ਵੀ ਦਿਖਾ ਲੈਣਗੇ। ਇਸੇ ਤਰਜ ਦੇ ਉੱਤੇ ਸ਼ਾਮ ਨੂੰ ਫਿਰ ਕੀਰਤਨ ਦਰਬਾਰ ਜਿਹਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਕੀਰਤਨੀਆ ਸਿੰਘ ਆ ਉਹ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਅਤੇ ਪਰਸੋਂ ਨੂੰ ਅੰਮ੍ਰਿਤ ਵੇਲੇ ਜਿਹੜੇ ਅੱਜ ਅਖੰਡ ਪਾਠ ਸਾਹਿਬ ਪ੍ਰੰਭ ਹੋਏ ਉਹਨਾਂ ਦਾ ਭੋਗ, ਉਸ ਤੋਂ ਬਾਅਦ ਫਿਰ ਕਥਾ ਕੀਰਤਨ ਅਤੇ ਪੰਥਕ ਵਿਚਾਰਾਂ ਇਹ ਉੱਥੇ ਹੋਣਗੀਆਂ। ਮੈਂ ਸਮੁੱਚੇ ਪੰਥ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਵੱਧ ਤੋਂ ਵੱਧ ਇਸ 100 ਸਾਲਾ ਸ਼ਤਾਬਦੀ ਦੇ ਵਿੱਚ ਪਹੁੰਚੀਏ। ਆਹ ਤਸਵੀਰਾਂ ਜਿਹੜੀਆਂ ਇਹ 'ਤੇ ਜ਼ਰੂਰ ਨਿਗਾਹ ਮਾਰਨੀ ਚਾਹੀਦੀ, ਜਿਹੜੀ ਚਿੱਤਰ ਪ੍ਰਦਰਸ਼ਨੀ ਇਹ 'ਤੇ ਕੀਤੀ ਗਈ ਆ। ਉਹ ਚਿੱਤਰ ਪ੍ਰਦਰਸ਼ਨੀ ਦੀ ਖਾਸੀਅਤ ਕੀ ਆ ਕਿ ਉਹਦੇ ਵਿੱਚ ਇੱਕ ਸਿੰਘ ਖੜ੍ਹਾ ਜਿਹਨੂੰ ਸਰੀਰ ਨੂੰ ਜ਼ਖਮੀ ਕੀਤਾ ਪਿਆ ਪਰ ਜ਼ਖਮੀ ਹੋਣ ਦੇ ਬਾਵਜੂਦ ਕੀੜੇ ਮਕੌੜੇ ਚੜ੍ਹ ਰਹੇ ਆ ਅਤੇ ਉਹ ਡੋਲ ਨਹੀਂ ਰਿਹਾ, ਕੇਵਲ ਤਾਂ ਕੇਵਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ। ਇੱਕ ਇਹਨਾਂ ਨੇ ਇੱਕ ਪੇਂਟਿੰਗ ਵੀ ਨਾਲ ਸ਼ੋਅ ਕੀਤੀ ਆ ਜਿਹਦੇ ਵਿੱਚ ਉਸ ਵੇਲੇ ਪੰਡਿਤ ਜਵਾਹਰ ਲਾਲ ਜੀ ਨਹਿਰੂ ਉਹ ਆ ਕੇ ਸਾਰਾ ਦ੍ਰਿਸ਼ ਜਿਹੜਾ ਆ ਨਾਭੇ ਜੇਲ੍ਹ ਦੇ ਵਿੱਚ ਵੀ ਰਹੇ ਪਰ ਉਹਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਲਿਖਿਆ ਕਿ ਇਹ ਸਿੱਖ ਧੰਨ ਆ, ਇਹਨਾਂ ਦੀ ਸਿੱਖੀ ਧੰਨ ਆ, ਇਹ ਮੌਤ ਤੋਂ ਨਹੀਂ ਡਰਦੇ, ਇਹ ਇਕੱਲਾਪਨ ਰਹਿਣ ਤੋਂ ਨਹੀਂ ਡਰਦੇ, ਸੋਲਟਰੀ ਕਨਫਾਈਨਮੈਂਟ ਜਿਹੜੀ ਬੜੀ ਵੱਡੀ ਸਜ਼ਾ ਹੁੰਦੀ ਆ। ਸੋ ਮੇਰਾ ਕਹਿਣ ਤੋਂ ਭਾਵ ਇਹ ਖਾਲਸੇ ਦੀ ਮਹਾਨ ਵਿਰਾਸਤ ਆ ਕਿ ਖਾਲਸੇ ਨੇ ਹਮੇਸ਼ਾ ਜਦੋਂ ਵੀ ਪਵਿੱਤਰ ਗੁਰਬਾਣੀ ਦਾ ਕਿਸੇ ਨੇ ਹੀਹਾ ਯਤਨ ਕੀਤਾ ਨਿਰਾਦਰ ਕਰਨ ਦਾ, ਖਾਲਸਾ ਪੰਥ ਮੋਹਰੇ ਹੋ ਕੇ ਡਟਿਆ ਅਤੇ ਅੱਜ ਵੀ ਮੋਹਰੇ ਹੋ ਕੇ ਡਟਿਆ ਆ। ਸੋ ਕੱਲ੍ਹ ਨੂੰ ਪਰਸੋਂ ਨੂੰ ਮੈਂ ਨਿਮਰਤਾ ਸਾਹਿਬ ਤੁਹਾਡੇ ਇਸ ਮੀਡੀਆ ਦੇ ਜ਼ਰੀਏ ਥਾਣੇ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ 'ਤੇ ਯਤਨ ਵੀ ਕੀਤਾ ਕਿ ਜਿੰਨੇ ਕੁ ਅਸੀਂ ਨਾਂ ਲੋਕੇਟ ਕਰ ਸਕਦੇ ਸੀ ਕੀਤੇ ਵੀ ਆ। ਜੇ ਕੋਈ ਪਰਿਵਾਰ ਸਾਡੀ ਪਹੁੰਚ ਤੋਂ ਬਾਹਰ ਰਹਿ ਗਿਆ ਉਹਨਾਂ ਨੂੰ ਵੀ ਨਿਮਰਤਾ ਸਾਹਿਬ ਬੇਨਤੀ ਆ ਕਿ ਸ਼ਹੀਦਾਂ ਦਾ ਸਮਾਗਮ ਆ ਉਹ ਆ ਕੇ ਉਦਣ ਇੱਕ ਤਾਂ ਨਾਂ ਲਿਖਾ ਜਾਣ, ਇੱਕ ਉਹਨਾਂ ਨੂੰ ਵੀ ਮਾਣ ਸਨਮਾਨ ਖਾਲਸੇ ਪੰਥ ਵੱਲੋਂ ਉਹ ਵੀ ਦਿੱਤਾ ਜਾਣਾ ਆ। ਸੋ ਸਾਰੇ ਸ਼ਹੀਦਾਂ ਦਾ ਜਿਹੜਾ ਆ ਉਹ ਮਾਣ ਸਤਿਕਾਰ ਕੀਤਾ ਜਾਊਗਾ ਅਤੇ ਨਾਲ ਖਾਲਸੇ ਦੀ ਇੱਕ ਵਿਲੱਖਣਤਾ ਇਹ ਵੀ ਰਹੀ ਆ ਕੋਈ ਸ਼ਤਾਬਦੀ ਹੋਵੇ ਕੋਈ ਵੱਡਾ ਹੋਰ ਕੋਈ ਗੁਰਮਤ ਦਾ ਸਮਾਗਮ ਹੋਵੇ ਉੱਥੇ ਨਾਲ ਅੰਮ੍ਰਿਤ ਸੰਚਾਰ ਖੰਡੇ ਬਾਟੇ ਦੀ ਪੌਲ ਜਿਹੜੀ ਆ ਉਹ ਵੀ ਅੰਮ੍ਰਿਤ ਸੰਚਾਰ ਕੀਤਾ ਜਾਂਦਾ। ਸੋ ਉਹ ਅੰਮ੍ਰਿਤ ਭਲਾਖੀ
ਕਈ ਵਾਰੀ ਦੂਰ ਦੂਰ ਆਪਾਂ ਜਾਂਦੇ ਹਾਂ, ਫਿਰ ਉੱਥੇ ਦਿਨ ਨਹੀਂ ਕਈ ਵਾਰੀ ਮੁਕਰ ਹੁੰਦੇ। ਸੋ ਅੰਮ੍ਰਿਤ ਸੰਚਾਰ ਦੇ ਵਿੱਚ ਵੀ ਵੱਧ ਤੋਂ ਵੱਧ ਆ ਕੇ ਲਾਹਾ ਲਓ, ਤਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਸੰਕਲਪ ਸੀ ਸਿੱਖੀ ਦਾ, ਜਿਹਦੀ ਸ਼ੁਰੂਆਤ ਸਤਿਗੁਰੂ ਜੀ ਨੇ ਕੀਤੀ, ਉਹਦੀ ਸੰਪੂਰਨਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸਹੇਲਾ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਸੋ ਮੈਂ ਫਿਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦਾ, ਔਰ ਖਾਲਸਾ ਪੰਥ ਨੂੰ ਵੀ ਬੇਨਤੀ ਕਰਦਾ ਕਿ ਮਨਾਉਣ ਤੱਕ ਸੀਮਤ ਨਾ ਰਹੀਏ, ਵਸਾਉਣ ਤੱਕ ਵੀ ਸੀਮਤ ਰਹੀਏ। ਅੱਜ ਅਜੋਕੇ ਯੁੱਗ ਦੇ ਵਿੱਚ ਪੁਰਾਣੇ ਵੇਲੇ ਤਾਂ ਸਾਡੇ ਬਜ਼ੁਰਗਾਂ ਨੇ ਇਹ ਸਾਰਾ ਯਤਨ ਕਰਕੇ ਪ੍ਰਬੰਧ ਆਪਣੇ ਕਬਜ਼ਿਆਂ ਵਿੱਚ ਲਏ ਸੀ, ਅੱਜ ਸਰਕਾਰਾਂ ਦਾ ਸਾਰਾ ਜ਼ੋਰ ਕਬਜ਼ੇ ਖੋਣ 'ਤੇ ਲੱਗਾ ਆ। ਬਹਿਰੂਪੀਏ ਰੂਪ ਦੇ ਵਿੱਚ ਇਹਨੂੰ ਲੁਕਵੇਂ ਢੰਗ ਦੇ ਨਾਲ ਅੱਜ ਯਤਨ ਕੀਤਾ ਜਾ ਰਿਹਾ, ਜਿਹੜਾ ਖਾਲਸੇ ਪੰਥ ਦੀ ਉਸ ਵੇਲੇ ਅੱਖ ਖੁੱਲਣੀ ਜਿਹੜੇ ਸਾਰਾ ਕੁਝ ਖੋਇਆ ਗਿਆ। ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਅਵੇਸਲੇ ਨਾ ਹੋਈਏ, ਆਪਾਂ ਜਿੱਥੇ ਜਿੱਥੇ ਵੀ ਜਿੰਨਾ ਜਿੰਨਾ ਵੀ ਕਿਸੇ ਦਾ ਯੋਗਦਾਨ ਆ, ਕੋਈ ਬੰਦਾ ਬਾਣੀ ਵੱਧ ਪੜ੍ਹਦਾ ਉਹ 2 ਜਪਜੀ ਸਾਹਿਬ ਦੇ ਪਾਠ ਵੱਧ ਕਰੇ, ਕੋਈ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਦਾ ਉਹ ਅਰਦਾਸ ਜੁੜ ਕੇ ਕਰੇ, ਅਤੇ ਕੋਈ ਜਿਹੜਾ ਗੁਰੂ ਸਾਹਿਬ ਦੇ ਨਾਲ ਪਰਮ ਪਿਆਰ ਰੱਖਣ ਵਾਲੀਆਂ ਨੇਕ ਰੂਹਾਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਯੋਗਦਾਨ ਇਹਦੇ ਵਿੱਚ ਪਾਓ। ਜੇ ਆਪਾਂ ਖੰਡੇ ਰਹਾਂਗੇ ਖਿੰਡੇ ਰਹਾਂਗੇ, ਫਿਰ ਵਿਰੋਧੀ ਜਿਹੜੇ ਲਾਹਾ ਲੈਣਗੇ ਫਾਇਦਾ ਲੈਣਗੇ। ਇੱਕ ਤਾਂ ਖਾਲਸਾ ਪੰਥ ਇਕੱਠਾ ਹੋਵੇ, ਆ ਪਿਛਲੇ ਦਿਨਾਂ ਦੇ ਵਿੱਚ ਇੱਕ ਅਪੀਲ ਵੀ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦਾ, ਜਿੰਨਾ ਵੀ ਮਹਾਨ ਵਿਰਸਾ ਭਾਵੇਂ ਆਪੋ ਵਿੱਚ ਹੀ ਵੰਡੇ ਹੋਵਾਂ, ਆਹ ਸਮਾਂ ਇਕੱਠੇ ਹੋ ਕੇ ਪਹਿਲਾਂ ਵਿਰੋਧੀਆਂ ਨਾਲ ਲੜਨ ਦਾ ਆ। ਆਹ ਜਿਹੜੀਆਂ ਪਿਰਤਾਂ ਆਪਾਂ ਅੱਜ ਦੇਖਦੇ ਹਾਂ ਪ੍ਰਦਰਸ਼ਨੀ ਦੇ ਵਿੱਚ ਲਾਈਆਂ ਗਈਆਂ, ਇਹ ਪ੍ਰਬੰਧ ਲੈਣ ਦੀਆਂ ਸੀ ਅਤੇ ਪ੍ਰਬੰਧ ਨੂੰ ਦਰੁਸਤ ਕਰਨ ਦੀਆਂ ਸੀ ਅਤੇ ਪ੍ਰਬੰਧ ਦੇ ਵਿੱਚ ਜਿਹੜੀਆਂ ਘਾਟਾਂ ਸੀ ਉਹਨਾਂ ਨੂੰ ਦੂਰ ਕਰਨ ਲਈ ਸੀ। ਅੱਜ ਪ੍ਰਬੰਧ ਦੇ ਵਿੱਚ ਸਿੱਧੀ ਦਖਲਅੰਦਾਜ਼ੀ, ਕਈ ਵਾਰੀ ਮੈਂਬਰਸ਼ਿਪ ਦਾ ਸਿਸਟਮ ਚੇਂਜ ਕੀਤਾ ਜਾਂਦਾ, ਆਪਾਂ ਸਾਰੇ ਜਾਣਦੇ ਭਲੀ ਭਾਂਤ, ਉਹ ਭਾਵੇਂ ਅੱਜ ਦਾ ਵਿਸ਼ਾ ਨਹੀਂ, ਪਰ ਫਿਰ ਵੀ ਉਹ ਮਹਾਨ ਸ਼ਹੀਦਾਂ ਨੂੰ ਵੀ ਨਤਮਸਤਕ ਹੁੰਦਾ ਅਤੇ ਆਪ ਸਾਰਿਆਂ ਨੂੰ ਇੱਕ ਵਾਰੀ ਸ਼ਹੀਦ ਪਰਿਵਾਰਾਂ ਨੂੰ ਬੇਨਤੀ ਕਰਦਾ, ਜਿਹਨਾਂ ਨੂੰ ਸੱਦੇ ਪਹੁੰਚ ਗਿਆ ਠੀਕ ਆ, ਜਿਨ੍ਹਾਂ ਕੋਲ ਮਹਾਨ ਵਿਰਾਸਤ ਹੈਗੀ, ਜੇ ਨਹੀਂ ਵੀ ਸੱਦਾ ਪਹੁੰਚਿਆ ਤਾਂ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਨੀ ਚਾਹੁੰਦਾ, ਉਹ ਵੀ ਵੱਧ ਤੋਂ ਵੱਧ ਆਉਣ, ਤਾਂ ਕਿ 21 ਤਰੀਕ ਨੂੰ ਉਹਨਾਂ ਦਾ ਵੀ ਜਿਹੜਾ ਆ ਮਹਾਨ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ ਅਤੇ ਪਰਿਵਾਰ ਵੀ ਸਾਡੇ ਕੋਲ ਲੋਕੇਟ ਹੋਣ ਵੀ ਕਿਹੜੇ ਕਿਹੜੇ ਹੋਰ ਰਹਿ ਗਏ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਵੀਰ ਸਰਦਾਰ ਰਜਿੰਦਰ ਸਿੰਘ ਮਹਿਤਾ, ਜਿਹਨਾਂ ਦੀ ਸਬ ਕਮੇਟੀ ਬਣਾਈ ਸੀ, ਇਹਨਾਂ ਨੇ ਬਾਖੂਬੀ ਸਾਰੀ ਮਿਹਨਤ ਕਰਕੇ, ਨਾਲ ਬਲਵਿੰਦਰ ਕਾਲਮਾ ਸਾਡਾ ਸ਼੍ਰੋਮਣੀ ਕਮੇਟੀ ਦਾ ਸਕੱਤਰ, ਧਰਮ ਪ੍ਰਚਾਰ ਦਾ ਸਾਰੀ ਟੀਮ, ਅਤੇ ਮੇਰੀ ਭੈਣ ਭੋਲੂਵਾਲ ਸਾਹਿਬ, ਗੁਰਿੰਦਰ ਕੌਰ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਇੱਥੇ, ਕੇਵਲ ਸਿੰਘ ਬਾਦਲ ਸਾਡਾ ਵੀਰ ਆ, ਸਾਰੇ ਸਤਿਕਾਰਤ ਆਗੂ ਆ, ਸਾਰੇ ਮਿਹਨਤ ਕਰਨ ਵਾਲੇ ਆ। ਅਤੇ ਮੈਂ ਖਾਲਸਾ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ 21 ਤਰੀਕ ਨੂੰ ਜਿੰਨੇ ਵੀ ਲੀਡਰ ਸਾਹਿਬਾਨ ਅਤੇ ਵਰਕਰ ਸਾਹਿਬਾਨ, ਅੱਜ ਸੂਬਾ ਸਿੰਘ ਜਰਾ ਦੀ ਜਰਾ ਆਇਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਵੀ ਵੱਧ ਤੋਂ ਵੱਧ ਪਹੁੰਚੋ। ਇਹ ਅਕਾਲੀਆਂ ਦੀ ਵਿਰਾਸਤ ਆ ਅਤੇ ਅਕਾਲੀਆਂ ਨੇ ਸਾਂਭਣੀ ਆ। ਮੈਨੂੰ ਉਹ ਦਿਨ ਵੀ ਚੇਤਾ ਆਉਂਦਾ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਦਾ ਫਤਿਹ ਹੋਣ ਤੋਂ ਬਾਅਦ ਪਹਿਲੀ ਐਗਜੈਕਟਿਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਸੀ। ਕਿਉਂ? ਕਿਉਂਕਿ ਉਹ ਅਕਾਲੀ ਸੀ ਜਿਨ੍ਹਾਂ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਦੇ ਕੇ ਸੱਟਾਂ ਪਿੰਡਾਂ ਸਹਿ ਕੇ ਉਹ ਮੋਰਚੇ ਨੂੰ ਫਤਿਹ ਕੀਤਾ ਸੀ। ਸੋ ਇਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸੰਗਤ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਜੁੜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।